ਸਤਿ ਸ਼੍ਰੀ ਅਕਾਲ ਜੀ, ਮੈਂ ਸਵਾਤੀ ਸਕਸੈਨਾ, ਚੜ੍ਹਦੀਗੜ੍ਹ ਟਾਈਮ ਟੀਵੀ ਨਿਊਜ਼ ਵੇਖ ਰਹੇ ਆਪ ਸਭ ਦਾ ਸਵਾਗਤ ਕਰਦੇ ਹਾਂ। ਖਬਰੇ ਸ਼ੁਰੂਆਤ ਕਰਾਂਗੇ, ਪਰ ਇੱਕ ਨਜ਼ਰ ਹੈਡਲਾਈਨਸ ਤੇ। ਨਿਰਭਿਆ ਕੇਸ ਦੋਸ਼ੀ ਵਿਨੈ ਨੇ ਸੁਪਰੀਮ ਕੋਰਟ ਵਿੱਚ ਦਾਇਰ ਕੀਤੀ ਪਟੀਸ਼ਨ। ਪਟੀਸ਼ਨ ਵਿੱਚ ਦੋਸ਼ੀ ਨੇ ਡੈਥ ਵਾਰੰਟ ਤੇ ਰੋਕ ਲਗਾਉਣ ਦੀ ਕੀਤੀ ਮੰਗ। 17 ਜਨਵਰੀ 2020 ਨੂੰ ਦਿੱਲੀ ਦੀ ਪਟਿਆਲਾ ਹਾਊਸ ਕੋਰਟ ਨੇ ਜਾਰੀ ਕੀਤਾ ਹੈ ਡੈਥ ਵਾਰੰਟ। ਸ੍ਰੀਨਗਰ ਪਹੁੰਚੇ 16 ਦੇਸ਼ਾਂ ਦੇ ਡਿਪਲੋਮੈਟ। ਨਵੇਂ ਗਠਿਤ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਸੀਨੀਅਰ ਅਧਿਕਾਰੀ ਨੇ ਕੀਤਾ ਜ਼ੋਰਦਾਰ ਸਵਾਗਤ। ਕਸ਼ਮੀਰ ਦੀ ਸਥਿਤੀ ਦਾ ਲੈਣਗੇ ਜਾਇਜ਼ਾ। ਸਿੱਖ ਫੌਜ ਜਸਟਿਸ ਤੇ ਪਾਬੰਦੀ, ਗੈਰ ਕਾਨੂੰਨੀ ਗਤੀਵਿਧੀਆਂ ਰੋਕੂ, ਕਾਨੂੰਨ ਟ੍ਰਿਬਿਊਨਲ ਨੇ ਲਗਾਈ ਪਾਬੰਦੀ। ਪੰਜਾਬ ਵਿਧਾਨ ਸਭਾ ਦਾ ਵਿਸ਼ੇਸ਼ ਇਜਲਾਸ 16-17 ਨੂੰ, ਫਿਰ ਹੋਵੇਗੀ ਪੰਜਾਬ ਕੈਬਨਿਟ ਦੀ ਅਹਿਮ ਮੀਟਿੰਗ। ਪੰਜਾਬ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਿੱਚ ਅੱਜ ਹੋਈ ਮੀਟਿੰਗ ਵਿੱਚ ਲਿਆ ਗਿਆ ਫੈਸਲਾ। ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਸੁਰੱਖਿਆ ਵਿੱਚ ਤਾਇਨਾਤ। ਸੁਰੱਖਿਆ ਗਾਰਡ ਦੀ ਨਹਿਰ ਵਿੱਚੋਂ ਮਿਲੀ ਲਾਸ਼, ਬਠਿੰਡਾ ਵਿਖੇ ਸਰਹੰਦ ਨਹਿਰ ਵਿੱਚੋਂ ਮਿਲੀ ਕਾਰ। ਪੁਲਿਸ ਵੱਲੋਂ ਮਾਮਲੇ ਦੀ ਡੂੰਘਾਈ ਨਾਲ ਜਾਂਚ ਜਾਰੀ। ਖਬਰੇ ਸ਼ੁਰੂਆਤ ਕਰਾਂਗੇ ਨਿਰਭਿਆ ਕੇਸ ਵਿੱਚ। 7 ਜਨਵਰੀ 2020 ਨੂੰ ਦਿੱਲੀ ਦੀ ਪਟਿਆਲਾ ਹਾਊਸ ਕੋਰਟ ਵਿੱਚ ਚਾਰੇ ਦੋਸ਼ੀਆਂ ਨੂੰ ਫਾਂਸੀ ਦੀ ਸਜ਼ਾ ਲਈ ਡੈਥ ਵਾਰੰਟ ਜਾਰੀ ਹੋਣ ਤੋਂ ਬਾਅਦ ਅੱਜ ਵੱਡੀ ਖਬਰ ਸਾਹਮਣੇ ਆਈ ਹੈ। ਨਿਰਭਿਆ ਦੇ ਇੱਕ ਦਰਿੰਦੇ ਨੇ ਨਵੀਂ ਚਾਲ ਚੱਲੀ ਹੈ। ਦੋਸ਼ੀ ਵਿਨੈ ਸ਼ਰਮਾ ਨੇ ਸੁਪਰੀਮ ਕੋਰਟ ਵਿੱਚ ਕਿਊ ਰੇਟੀ ਪਟੀਸ਼ਨ ਦਾਇਰ ਕੀਤੀ ਹੈ। ਪਟੀਸ਼ਨ ਵਿੱਚ ਦੋਸ਼ੀ ਨੇ ਡੈਥ ਵਾਰੰਟ ਤੇ ਰੋਕ ਲਗਾਉਣ ਦੀ ਮੰਗ ਕੀਤੀ ਅਤੇ ਦੱਸ ਦਈਏ ਕਿ ਚਾਰੇ ਦੋਸ਼ੀਆਂ ਨੂੰ 22 ਜਨਵਰੀ 2020 ਨੂੰ ਤਿਹਾੜ ਜੇਲ੍ਹ ਵਿੱਚ ਸਵੇਰੇ 7 ਵਜੇ ਫਾਂਸੀ ਦਿੱਤੀ ਜਾਣੀ ਹੈ। ਦੋਸ਼ੀਆਂ ਦੀ ਕੋਸ਼ਿਸ਼ ਇਸ ਗੱਲ ਦੀ ਹੈ ਕਿ ਉਹਨਾਂ ਨੂੰ ਮਿਲਣ ਵਾਲੀ ਫਾਂਸੀ ਦੀ ਸਜ਼ਾ ਵਿੱਚ ਹੋਰ ਦੇਰੀ ਹੁੰਦੀ ਜਾਵੇ। ਇਸ ਲਈ ਦੋਸ਼ੀਆਂ ਵਿੱਚੋਂ ਇੱਕ ਨੇ ਮੁੜ ਸੁਪਰੀਮ ਕੋਰਟ ਦਾ ਦਰਵਾਜ਼ਾ ਖੜਖੜਾਇਆ ਹੈ। ਦੋਸ਼ੀ ਵਿਨੈ ਸ਼ਰਮਾ ਨੇ ਕੋਰਟ ਵਿੱਚ ਅੱਜ ਪਟੀਸ਼ਨ ਦਾਇਰ ਕੀਤੀ ਹੈ। ਦੱਸ ਦਈਏ ਕਿ ਚਾਰੇ ਦੋਸ਼ੀਆਂ ਨੂੰ ਤੈਅ ਤਾਰੀਖ ਮੁਤਾਬਕ 22 ਜਨਵਰੀ ਨੂੰ ਸਵੇਰੇ 7 ਵਜੇ ਫਾਂਸੀ ਦਿੱਤੇ ਜਾਣ ਲਈ ਡੈਥ ਵਾਰੰਟ ਜਾਰੀ ਕਰ ਦਿੱਤਾ ਗਿਆ ਸੀ। ਕੋਰਟ ਨੇ ਇਸ ਫੈਸਲੇ ਮਗਰੋਂ ਦੋਸ਼ੀਆਂ ਦੇ ਵਕੀਲ ਨੇ ਆਖਿਆ ਸੀ ਕਿ ਉਹ ਸੁਪਰੀਮ ਕੋਰਟ ਵਿੱਚ ਕਿਊਰੇਟਿਵ ਪਟੀਸ਼ਨ ਦਾਇਰ ਕਰਨਗੇ। ਇਸ ਕਿਊਰੇਟਿਵ ਪਟੀਸ਼ਨ 'ਤੇ ਸੁਪਰੀਮ ਕੋਰਟ ਵਿੱਚ 5 ਸੀਨੀਅਰ ਜੱਜ ਸੁਣਵਾਈ ਕਰਨਗੇ। ਚਾਰੇ ਦੋਸ਼ੀਆਂ ਵਿੱਚੋਂ ਇੱਕ ਦੋਸ਼ੀ ਵਿਨੈ ਸ਼ਰਮਾ ਵੱਲੋਂ ਅੱਜ ਕਿਊਰੇਟਿਵ ਪਟੀਸ਼ਨ ਦਾਇਰ ਕੀਤੇ ਜਾਣ ਤੋਂ ਬਾਅਦ ਸੁਪਰੀਮ ਕੋਰਟ ਇਸ ਪਟੀਸ਼ਨ 'ਤੇ ਸੁਣਵਾਈ ਕਰਦਾ ਹੈ ਅਤੇ 14 ਦਿਨਾਂ ਦੇ ਅੰਦਰ ਇਸ 'ਤੇ ਫੈਸਲਾ ਨਹੀਂ ਆਉਂਦਾ ਤਾਂ ਫਾਂਸੀ ਦੀ ਤਾਰੀਖ ਅੱਗੇ ਵੱਧ ਸਕਦੀ ਹੈ। ਜੰਮੂ ਕਸ਼ਮੀਰ ਤੋਂ ਵਿਸ਼ੇਸ਼ ਸੂਬੇ ਦਾ ਦਰਜਾ ਵਾਪਸ ਲੈਣ ਤੋਂ ਬਾਅਦ ਭਾਰਤ ਵਿੱਚ ਅਮਰੀਕਾ ਦੇ ਰਾਜਦੂਤ ਕੈਨੇਥ ਆਈ ਜਸਟਰ ਸਮੇਤ 16 ਦੇਸ਼ਾਂ ਦੇ ਡਿਪਲੋਮੈਟ ਮੌਜੂਦਾ ਸਥਿਤੀ ਦਾ ਜਾਇਜ਼ਾ ਕਰਨ ਅੱਜ ਸ਼੍ਰੀਨਗਰ ਪਹੁੰਚ ਗਏ ਨੇ। ਡਿਪਲੋਮੈਟ ਵਿਸ਼ੇਸ਼ ਜਹਾਜ਼ ਵਿੱਚ ਸ਼੍ਰੀਨਗਰ ਦੇ ਹਵਾਈ ਅੱਡੇ 'ਤੇ ਪਹੁੰਚੇ ਜਿੱਥੇ ਨਵੇਂ ਗਠਿਤ ਕੇਂਦਰ ਸ਼ਾਸਿਤ ਪ੍ਰਦੇਸ਼ ਦੇ ਸੀਨੀਅਰ ਅਧਿਕਾਰੀਆਂ ਨੇ ਉਹਨਾਂ ਦਾ ਜ਼ੋਰਦਾਰ ਸਵਾਗਤ ਕੀਤਾ। ਡਿਪਲੋਮੈਟ ਅੱਜ ਨਵੇਂ ਗਠਿਤ ਕੇਂਦਰ ਸ਼ਾਸਿਤ ਪ੍ਰਦੇਸ਼ ਦੀ ਸਰਦ ਰੁੱਤ ਰਾਜਧਾਨੀ ਜੰਮੂ ਜਾਣਗੇ ਅਤੇ ਰਾਤ ਵਿੱਚ ਹੀ ਉੱਥੇ ਠਹਿਰਨਗੇ। ਉਹਨਾਂ ਆਖਿਆ ਕਿ ਇਹ ਡਿਪਲੋਮੈਟ ਉਪ ਰਾਜਪਾਲ GC ਮੁਰਮੂ ਅਤੇ ਨਾਗਰਿਕ ਸਮੂਹ ਦੇ ਮੈਂਬਰਾਂ ਨਾਲ ਮੁਲਾਕਾਤ ਕਰਨਗੇ। ਡਿਪਲੋਮੈਟਾਂ ਦੇ ਇਸ ਵਫਦ ਵਿੱਚ ਅਮਰੀਕਾ ਤੋਂ ਇਲਾਵਾ ਬੰਗਲਾਦੇਸ਼, ਵੀਅਤਨਾਮ, ਨਾਰਵੇ, ਮਾਲਦੀਵ, ਦੱਖਣੀ ਕੋਰੀਆ, ਮੋਰਕੋ ਅਤੇ ਨਾਈਜੀਰੀਆ ਦੇ ਡਿਪਲੋਮੈਟ ਸ਼ਾਮਿਲ ਨੇ। ਉੱਥੇ ਗੈਰ ਕਾਨੂੰਨੀ ਗਤੀਵਿਧੀਆਂ ਰੋਕੂ, ਕਾਨੂੰਨ ਟ੍ਰਿਬਿਊਨਲ ਨੇ ਸਿੱਖ ਫੌਜ ਜਸਟਿਸ 'ਤੇ ਪਾਬੰਦੀ ਲਗਾ ਦਿੱਤੀ ਹੈ। ਦੱਸਣਯੋਗ ਹੈ ਕਿ ਕੇਂਦਰੀ ਕੈਬਨਿਟ ਨੇ ਜੁਲਾਈ 2019 ਵਿੱਚ ਸਿੱਖ ਫੌਜ ਜਸਟਿਸ ਨੂੰ ਗੈਰ ਕਾਨੂੰਨੀ ਐਸੋਸੀਏਸ਼ਨ ਕਰਾਰ ਦਿੱਤਾ ਸੀ। ਸੰਸਦ ਦਾ ਬਜਟ ਸੈਸ਼ਨ 31 ਜਨਵਰੀ ਨੂੰ ਸ਼ੁਰੂ ਹੋ ਕੇ 3 ਅਪ੍ਰੈਲ ਤੱਕ ਚੱਲੇਗਾ। ਇਸ ਦੌਰਾਨ 1 ਫਰਵਰੀ ਨੂੰ ਵਿੱਤ ਸਾਲ 2020-21 ਦਾ ਆਮ ਬਜਟ ਪੇਸ਼ ਕੀਤਾ ਜਾਵੇਗਾ। ਸੂਤਰਾਂ ਨੇ ਇਸ ਦੀ ਜਾਣਕਾਰੀ ਸਾਂਝੀ ਕੀਤੀ ਹੈ। ਸੂਤਰਾਂ ਨੇ ਆਖਿਆ ਕਿ ਸੰਸਦੀ ਮਾਮਲੇ ਦੀ ਮੰਤਰੀ ਮੰਡਲ ਕਮੇਟੀ ਨੇ ਸੰਸਦ ਦਾ ਬਜਟ ਸੈਸ਼ਨ 31 ਜਨਵਰੀ ਤੋਂ 3 ਅਪ੍ਰੈਲ ਤੱਕ 2 ਪੜਾਵਾਂ ਵਿੱਚ ਚੱਲੇਗਾ। ਬਜਟ ਸੈਸ਼ਨ ਦਾ ਪਹਿਲਾ ਪੜਾਅ 31 ਜਨਵਰੀ ਤੋਂ 11 ਫਰਵਰੀ ਤੱਕ ਅਤੇ ਦੂਸਰਾ ਪੜਾਅ 2 ਮਾਰਚ ਤੋਂ 3 ਅਪ੍ਰੈਲ ਤੱਕ ਚੱਲੇਗਾ।
ਹੁਣ ਵਧਦੇ ਹਾਂ ਕੁਝ ਹੋਰ ਖਬਰਾਂ ਵੱਲ। ਪੂਰਬੀ ਦਿੱਲੀ ਦੇ ਪਟਪੜਗੰਜ ਇੰਡਸਟਰੀਅਲ ਏਰੀਏ ਦੀ ਇੱਕ ਫੈਕਟਰੀ ਵਿੱਚ ਅੱਜ ਅੱਗ ਲੱਗ ਗਈ ਹੈ। ਫਾਇਰ ਫਾਈਟਰਸ ਦੀਆਂ 30 ਗੱਡੀਆਂ ਇੱਥੇ ਮੌਜੂਦ ਨੇ। ਫਾਇਰ ਫਾਈਟਰਸ ਨੇ ਆਖਿਆ ਕਿ ਇੱਕ ਵਿਅਕਤੀ ਨੂੰ ਫੈਕਟਰੀ ਵਿੱਚੋਂ ਬਾਹਰ ਕੱਢ ਕੇ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ, ਪਰ ਉੱਥੇ ਉਸਨੇ ਦਮ ਤੋੜ ਦਿੱਤਾ। ਇਸ ਫੈਕਟਰੀ ਵਿੱਚ ਪ੍ਰਿੰਟਿੰਗ ਦਾ ਕੰਮ ਹੁੰਦਾ ਸੀ। ਪਟਪੜਗੰਜ ਪੂਰਬੀ ਦਿੱਲੀ ਦਾ ਉਦਯੋਗਿਕ ਇਲਾਕਾ ਹੈ। ਆਨੰਦ ਵਿਹਾਰ ਨਾਲ ਲੱਗਦੇ ਇਸ ਇਲਾਕੇ ਵਿੱਚ ਕਈ ਉਦਯੋਗਿਕ ਯੂਨਿਟ ਨੇ। ਇੱਥੇ ਹਜ਼ਾਰਾਂ ਦੀ ਗਿਣਤੀ ਵਿੱਚ ਲੋਕ ਕੰਮ ਕਰਦੇ ਨੇ। ਕਈ ਛੋਟੀਆਂ ਵੱਡੀਆਂ ਫੈਕਟਰੀਆਂ ਵਿੱਚ ਇੱਥੇ ਇੱਕ ਦਿਨ ਰਾਤ ਕੰਮ ਹੁੰਦਾ ਹੈ। ਅੱਜ ਸਵੇਰੇ ਅਚਾਨਕ ਅੱਗ ਲੱਗਣ ਦੇ ਕਾਰਨਾਂ ਦਾ ਪਤਾ ਲਗਾਇਆ ਜਾ ਰਿਹਾ ਹੈ। ਪੁਲਿਸ ਜਾਂਚ ਕਰ ਰਹੀ ਹੈ। ਉੱਧਰ ਫਾਇਰ ਫਾਈਟਰਸ ਦੀਆਂ ਗੱਡੀਆਂ ਅੱਗ 'ਤੇ ਕਾਬੂ ਪਾਉਣ ਲਈ ਕੋਸ਼ਿਸ਼ਾਂ ਕਰ ਰਹੀਆਂ ਨੇ। ਉਧਰ ਨੋਇਡਾ ਦੇ ਸੈਕਟਰ 24 ਵਿੱਚ ਸਥਿਤ ESIC ਹਸਪਤਾਲ ਵਿੱਚ ਅੱਜ ਸਵੇਰੇ ਭਿਆਨਕ ਅੱਗ ਲੱਗਣ ਦੀ ਖਬਰ ਮਿਲੀ ਹੈ। ਅੱਗ 'ਤੇ ਕਾਬੂ ਪਾਉਣ ਲਈ ਫਾਇਰ ਬ੍ਰਿਗੇਡ ਦੀਆਂ 3 ਗੱਡੀਆਂ ਮੌਕੇ 'ਤੇ ਪਹੁੰਚੀਆਂ ਹੋਈਆਂ ਨੇ। ਇਹ ਅੱਗ ਹਸਪਤਾਲ ਦੇ ਬੇਸਮੈਂਟ ਵਿੱਚ ਲੱਗੀ, ਪਰ ਧੂੰਆਂ 8ਵੀਂ ਅਤੇ 9ਵੀਂ ਮੰਜ਼ਿਲ ਤੱਕ ਭਰ ਗਿਆ। ਫਿਲਹਾਲ ਫਾਇਰ ਬ੍ਰਿਗੇਡ ਦੀਆਂ 6 ਗੱਡੀਆਂ ਮੌਕੇ 'ਤੇ ਨੇ। ਮਰੀਜ਼ਾਂ ਅਤੇ ਸਟਾਫ ਨੂੰ ਕੱਢ ਲਿੱਤਾ ਗਿਆ। ਮਿਲੀ ਜਾਣਕਾਰੀ ਅਨੁਸਾਰ ਇਹ ਅੱਗ ਬੇਸਮੈਂਟ ਵਿੱਚ ਬਣੇ ਬੈਟਰੀ ਰੂਮ ਵਿੱਚ ਲੱਗੀ ਹੈ। ਪਤਾ ਲੱਗਿਆ ਹੈ ਕਿ ਹਸਪਤਾਲ ਦਾ ਫਾਇਰ ਸਿਸਟਮ ਵੀ ਕੰਮ ਨਹੀਂ ਕਰ ਰਿਹਾ ਸੀ। ਅੱਗ ਲੱਗਣ ਤੋਂ ਬਾਅਦ ਇੱਥੇ ਹਸਪਤਾਲ ਦੇ ਸਾਰੇ ਮਰੀਜ਼ਾਂ ਅਤੇ ਕਰਮਚਾਰੀਆਂ ਨੂੰ ਹਸਪਤਾਲ ਤੋਂ ਬਾਹਰ ਕੱਢ ਦਿੱਤਾ ਗਿਆ। ਮਰੀਜ਼ਾਂ ਨੂੰ ਦੂਸਰੇ ਹਸਪਤਾਲਾਂ ਵਿੱਚ ਸ਼ਿਫਟ ਕੀਤਾ ਜਾ ਰਿਹਾ ਹੈ। ਇਸ ਹਾਦਸੇ ਵਿੱਚ ਫਿਲਹਾਲ ਕਿਸੇ ਤਰ੍ਹਾਂ ਦੇ ਜਾਨੀ ਨੁਕਸਾਨ ਦੀ ਕੋਈ ਖਬਰ ਨਹੀਂ ਹੈ। ਉੱਥੇ ਗੁਜਰਾਤ ਦੇ ਸੂਰਤ ਸ਼ਹਿਰ ਵਿੱਚ ਸੜਕ 'ਤੇ ਸਿਲੰਡਰ ਨਾਲ ਭਰੇ ਟਰੱਕ ਵਿੱਚ ਅੱਗ ਲੱਗ ਗਈ ਹੈ। ਇਸ ਦੀ ਲਪੇਟ ਵਿੱਚ ਕੋਲੋ ਲੰਘ ਰਹੇ ਸਕੂਲ ਬੱਸ ਵੀ ਲਪੇਟ ਵਿੱਚ ਆ ਗਈ ਹੈ। ਇਸ ਹਾਦਸੇ ਵਿੱਚ ਮਾਸੂਮ ਬੱਚੇ ਵਾਲ ਵਾਲ ਬਚ ਗਏ ਨੇ। ਘਟਨਾ ਸੂਰਤ ਦੇ ਓਲ ਪਾੜ ਇਲਾਕੇ ਵਿੱਚ ਵਾਪਰੀ ਹੈ। ਸਕੂਲੀ ਬੱਸ ਦੇ ਅੱਗ ਦੀ ਲਪੇਟ ਵਿੱਚ ਆਉਣ ਨਾਲ ਉਸ ਵਿੱਚ ਸਵਾਰ ਸਾਰੇ ਸਕੂਲੀ ਬੱਚਿਆਂ ਨੂੰ ਸੁਰੱਖਿਅਤ ਬਾਹਰ ਕੱਢ ਲਿੱਤਾ ਗਿਆ। ਇਸ ਹਾਦਸੇ ਵਿੱਚ ਟਰੱਕ, ਬੱਸ, ਟੈਂਪੋ ਅਤੇ ਆਟੋ ਸੜ ਕੇ ਸਵਾ ਹੋ ਗਏ ਨੇ। ਉਧਰ ਰਾਜਸਥਾਨ ਦੇ ਚੂਰੂ ਜ਼ਿਲ੍ਹੇ ਵਿੱਚ ਅੱਜ ਸਵੇਰੇ ਇੱਕ ਭਿਆਨਕ ਸੜਕ ਹਾਦਸੇ ਵਿੱਚ 8 ਲੋਕਾਂ ਦੀ ਮੌਤ ਹੋ ਗਈ ਹੈ। ਪੁਲਿਸ ਨੇ ਇਸ ਦੀ ਜਾਣਕਾਰੀ ਦਿੰਦਿਆਂ ਆਖਿਆ ਕਿ ਰਾਜਲ ਜੇਸਰ ਕੋਲ ਨੈਸ਼ਨਲ ਹਾਈਵੇ 'ਤੇ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਇੱਕ ਵੈਨ ਸਾਹਮਣੇ ਤੋਂ ਆ ਰਹੀ ਬੱਸ ਨਾਲ ਟਕਰਾ ਗਈ ਹੈ। ਪੁਲਿਸ ਅਨੁਸਾਰ ਭਾਰੀ ਧੁੰਦ ਕਾਰਨ ਵੈਨ ਚਾਲਕ ਸਾਹਮਣੇ ਤੋਂ ਆ ਰਹੀ ਬੱਸ ਨੂੰ ਦੇਖ ਨਹੀਂ ਸਕਿਆ ਅਤੇ ਉਸ ਦੀ ਟੱਕਰ ਹੋ ਗਈ। ਪੁਲਿਸ ਅਨੁਸਾਰ ਵੈਨ ਵਿੱਚ ਸਵਾਰ ਸਾਰੇ 8 ਲੋਕਾਂ ਦੀ ਮੌਤ ਹੋ ਗਈ। ਪੁਲਿਸ ਮ੍ਰਿਤਕਾਂ ਦੀ ਪਛਾਣ ਅਤੇ ਅੱਗੇ ਦੀ ਕਾਰਵਾਈ ਕਰ ਰਹੀ ਹੈ। ਮੁੰਬਈ ਦੇ ਮੋਸਟ ਵਾਂਟਡ ਗੈਂਗਸਟਰ ਏਜਾਜ਼ ਲੱਕੜਵਾਲਾ ਨੂੰ ਪਟਨਾ ਤੋਂ ਗ੍ਰਿਫਤਾਰ ਕੀਤਾ ਗਿਆ। ਉਸ ਨੂੰ ਮੁੰਬਈ ਲਿਆਂਦਾ ਜਾ ਰਿਹਾ ਹੈ। ਉਸ ਉੱਪਰ 25 ਮੁਕੱਦਮੇ ਦਰਜ ਨੇ। ਉਹ ਅੰਡਰਵਰਲਡ ਡੌਨ ਦਾਊਦ ਇਬਰਾਹਿਮ ਦਾ ਕਰੀਬੀ ਹੈ। ਇਸ ਤੋਂ ਪਹਿਲਾਂ ਮੁੰਬਈ ਕ੍ਰਾਈਮ ਬ੍ਰਾਂਚ ਦੀ ਐਂਟੀ ਐਕਸ਼ਨ ਟੈਂਸ਼ਨ ਸੈੱਲ ਨੇ ਏਜਾਜ਼ ਲੱਕੜਵਾਲਾ ਦੀ ਬੇਟੀ ਸੋਨੀਆ ਲੱਕੜਵਾਲਾ ਨੂੰ ਜਬਰਨ ਵਸੂਲੀ ਦੇ ਦੂਸਰੇ ਮਾਮਲੇ ਵਿੱਚ ਗ੍ਰਿਫਤਾਰ ਕੀਤਾ ਸੀ। ਉਹ ਆਪਣੇ ਪਿਤਾ ਦੇ ਕਹਿਣ 'ਤੇ ਬਾਂਦਰਾ ਦੇ ਇੱਕ ਬਿਲਡਰ ਤੋਂ ਰਿਸ਼ਵਤ ਵਸੂਲਣ ਲਈ ਧਮਕੀ ਦੇ ਰਹੀ ਹੈ। ਹੁਣ ਵੱਧਦੇ ਹਾਂ ਪੰਜਾਬ ਦੀਆਂ ਖਬਰਾਂ ਵੱਲ। ਪੰਜਾਬ ਕੈਬਨਿਟ ਦੀ ਅਹਿਮ ਮੀਟਿੰਗ 14 ਜਨਵਰੀ ਨੂੰ ਦੁਬਾਰਾ ਬੁਲਾਈ ਗਈ ਹੈ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਿੱਚ ਅੱਜ ਹੋਈ ਕੈਬਨਿਟ ਮੀਟਿੰਗ ਵਿੱਚ ਇਹ ਫੈਸਲਾ ਕੀਤਾ ਗਿਆ। ਇਸ ਦੇ ਨਾਲ ਹੀ 16 ਅਤੇ 17 ਜਨਵਰੀ ਨੂੰ ਪੰਜਾਬ ਵਿਧਾਨ ਸਭਾ ਦਾ ਵਿਸ਼ੇਸ਼ ਇਜਲਾਸ ਵੀ ਬੁਲਾਇਆ ਗਿਆ, ਜਿਸ ਵਿੱਚ ਕਈ ਅਹਿਮ ਬਿੱਲਾਂ ਦੇ ਪਾਸ ਹੋਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ। ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਸੁਰੱਖਿਆ ਵਿੱਚ ਤਾਇਨਾਤ ਪੁਲਿਸ ਮੁਲਾਜ਼ਮ ਦੀ ਭੀਤ ਭਰੇ ਹਾਲਾਤਾਂ ਵਿੱਚ ਮੌਤ ਹੋ ਗਈ ਹੈ ਅਤੇ ਉਸ ਦੀ ਬਠਿੰਡਾ ਵਿਖੇ ਸਰਹੰਦ ਨਹਿਰ ਵਿੱਚੋਂ ਲਾਸ਼ ਮਿਲੀ ਹੈ। ਮ੍ਰਿਤਕ ਕਾਂਸਟੇਬਲ ਹਰਜੋਤ ਸਿੰਘ 28 ਸਾਲ, ਪੁੱਤਰ ਗੁਰਦਿਆਲ ਸਿੰਘ ਵਾਸੀ ਪਿੰਡ ਬਾਦਲ ਦਾ ਰਹਿਣ ਵਾਲਾ ਸੀ ਅਤੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੀ ਸਿਕਿਉਰਿਟੀ ਵਿੱਚ ਤਾਇਨਾਤ ਸੀ ਅਤੇ ਬੀਤੇ ਕੱਲ੍ਹ ਤੋਂ ਉਹ ਗੁੰਮ ਸੀ। ਬਠਿੰਡਾ ਵਿਖੇ ਸਰਹੰਦ ਨਹਿਰ ਵਿੱਚੋਂ ਉਸਦੀ ਸਕਾਰਪੀਓ ਗੱਡੀ ਮਿਲੀ ਹੈ ਅਤੇ ਅੱਜ ਉਸਦੀ ਨਹਿਰ ਵਿੱਚ ਤੈਰਦੀ ਹੋਈ ਲਾਸ਼ ਬਰਾਮਦ ਕੀਤੀ ਗਈ ਹੈ ਅਤੇ ਇਹ ਮਾਮਲਾ ਹੁਣ ਸ਼ੱਕੇ ਜਾਪਦਾ, ਜਿਸ ਦੀ ਪੁਲਿਸ ਵੱਲੋਂ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ। ਹੁਣ ਪੂਰੇ 5 ਸਾਲ ਦਿੱਲੀ ਵਿੱਚ ਰਾਜ ਕਰਨ ਕਾਰਨ ਕੇਜਰੀਵਾਲ ਦੀ ਦਿੱਲੀ ਵਿੱਚ ਝੜਤ ਅਤੇ ਕੀਤੇ ਕੰਮਾਂ ਦੀ ਫੀਡਬੈਕ ਬੱਚੇ ਬੱਚੇ ਦੀ ਜ਼ੁਬਾਨ 'ਤੇ। ਸਾਰਾ ਮੀਡੀਆ ਦੂਸਰੀ ਵਾਰ ਕੇਜਰੀਵਾਲ ਦੇ ਦਿੱਲੀ ਵਿੱਚ ਮੁੱਖ ਮੰਤਰੀ ਬਣਨ ਦੀਆਂ ਕਿਆ ਸਰਾਈਆਂ ਲਗਾ ਕੇ ਲੋਕਾਂ ਦੀ ਗੱਲ ਕਰ ਰਿਹਾ। ਇਹ ਸਭ ਕੁਝ ਵੇਖ ਕੇ ਹੁਣ ਇੱਕ ਵਾਰ ਫਿਰ ਪੰਜਾਬੀ ਦੀ ਜ਼ੁਬਾਨ 'ਤੇ ਕੇਜਰੀਵਾਲ ਦਾ ਨਾਮ ਆ ਗਿਆ। ਜੇਕਰ ਉਹ ਦਿੱਲੀ ਵਿੱਚ ਦੂਸਰੀ ਵਾਰ ਜਿੱਤ ਗਏ ਨੇ ਅਤੇ ਪੰਜਾਬ ਆ ਕੇ ਨਵਜੋਤ ਸਿੰਘ ਸਿੱਧੂ ਅਤੇ ਹੋਰਨਾਂ ਨੂੰ ਇੱਕਮੁੱਠ ਕਰਨ ਦਾ ਜੇਕਰ ਹੋਕਾ ਦੇ ਗਏ ਨੇ ਤਾਂ ਪੰਜਾਬ ਦੀ ਸਿਆਸੀ ਫਿਜ਼ਾ ਵੇਖਦੇ ਹੀ ਵੇਖਦੇ ਬਦਲ ਵੀ ਸਕਦੀ ਹੈ।
क्योंकि अजकल सिद्धू का नाम हर एक की जुबान से है। पंजाब में मौजूदा राज करती कांग्रेस पार्टी की सरकार कैप्टन अमरिंदर सिंह मुख्यमंत्री तो जो 2022 के जलवे का इंतजार से वह हुण हवा में लटक गया। आम आदमी पार्टी तो छोड़ो, विधायक मंत्री MP भी नाराज ने, वर्करां थां थां फिटकारा पै रही ने। बाकी सीनियर अकाली नेता ढींडसा वर्गियां ते पार्टी विचों निकल जाण ते अकाली दल दे हाशिए ते आउण वाले वर्गे आसार विखाई देण लग पए ने। उते पंजाब दे प्रमुख शहर जलंधर दा नां हवाबाजी खेतर नाल संबंधित इंटरनेशनल मैप ते आ गया, जदों शहरी हवाबाजी मंत्रालय ने आदमपुर एयरपोर्ट दा नां बदल के रस्मी तौर ते जलंधर एयरपोर्ट रख दिता। जिक्रे खास है कि आदमपुर विच सब तो पहला जो हवाई पट्टी बनी सी उसनू एयरफोर्स दियां हवाई उड़ाणा लई वरत्या जांदा सी, पर जलंधर दे वसनीकां ते उहनां दी नुमाइंदगी करन वाली संस्था दावा दी लगातार मंग तो बाद सरकार ने 1 मई 2018 नू आदमपुर एयरपोर्ट नू सिविल उड़ाणा लई खोल दिता सी। अते उस समय तो लै के अज तक इत्थों दिल्ली तक एक फ्लाइट चलाई जा रही है। हुण तक इस नू आदमपुर एयरपोर्ट दे नां नाल जाणिया जांदा सी, पर हुण इह जलंधर एयरपोर्ट कहावेगा अते सिविल उड़ाणा लई इसका इंटरनेशनल कोड पहला वांग ही AIP रहेगा। हुण वधदिआं कुछ होर खबरां वल। थाणा लपोके दे पिंड ख्याला खुरद विच रहण वाले बजुर्ग पति पत्नी नू देर रात घर विच दाखिल हो के कुछ अणपछाते लुटेरियां ने तेजधार हथियारां नाल कतल कर दिता। घटना का पता उस समय लग्या जदों उन्हां दे लड़के वालों वार वार फोन करन ते बजुर्ग पति पत्नी ने नहीं चुके अते अमृतसर रह रहा उन्हां दा लड़का निर्मलजीत सिंह उन्हां नू वेखण लई पिंड जा पहुंचिया। अंदरों दरवाजा ना खोलन ते निर्मलजीत सिंह कंध टप के घर विच दाखिल होया तां उसने वेख्या कि खून नाल लथपथ उसके बजुर्ग माता पिता मृतक हालत विच पए होए सन, जिसते उसने तुरंत पुलिस नूं सूचित कीता। उते ही मौके ते पहुंची पुलिस वालों मामले दी डूंघाई नाल जांच कीती जा रही। ਸਾਡੇ ਘਰ ਵਿਆਹ ਰੱਖਿਆ ਸੀ ਇਹਨਾਂ ਦੀ ਦੋਹਤਰੀ ਦਾ, ਉਹਨਾਂ ਨੇ ਸਵੇਰੇ ਆਉਣਾ ਸੀ ਉੱਥੇ ਤਾਂ ਅਸੀਂ ਵੇਟ ਕਰਨ ਦੇ ਸਵੇਰ ਦੇ ਫੋਨ ਕਰਨ ਡੇ ਵੀ ਆਏ ਨਹੀਂ ਕਿ ਅਸੀਂ ਆਖਿਆ ਜਦੋਂ ਉਹਨਾਂ ਦਾ ਕਰਨ ਡੇ ਰਿੰਗ ਜਾਂਦੀ ਸੀ ਇੱਕ ਫੋਨ ਬੰਦ ਆਉਣ ਡਿਆ ਸੀ ਸਾਨੂੰ ਸਵੇਰੇ ਇਹਨਾਂ ਦਾ ਬੇਟਾ ਵਾ ਇਹਨਾਂ ਨੇ ਫੋਨ ਕੀਤਾ ਇੱਥੇ ਗੁਆਂਢੀਆਂ ਨੂੰ, ਉਹ ਆਉਂਦੇ ਸੀ ਸਵੇਰ ਦੇ ਇਹਨਾਂ ਦੀਆਂ ਦੁਕਾਨਾਂ ਵੀ ਬੰਦ, ਦੁਕਾਨਾਂ ਹਰ ਰੋਜ਼ ਖੋਲ ਲੈਂਦੇ ਹੁੰਦੇ ਸੀ। ਸਾਨੂੰ ਉਸੇ ਟਾਈਮ ਹੀ ਤੌਖਲਾ ਪੈਦਾ ਹੋ ਗਿਆ, ਅਸੀਂ ਆਖਿਆ ਵੀ ਕੋਈ ਨਾ ਕੋਈ ਹੁਣ ਹੁਣੀ ਵਾਪਰ ਗਈ ਆ। ਉਸੇ ਟਾਈਮ ਬੇਟੇ ਨੂੰ ਲਿਆ ਨਾਲ, ਤੁਸੀਂ ਸਾਰੇ ਤਿੰਨ ਇੱਥੇ ਆਏ, ਤੁਸੀਂ ਆ ਕੇ ਦੇਖਿਆ ਵੀ ਉਹਨਾਂ ਦੀ ਡੈੱਡ ਬੋਡੀ ਫਾਦਰ ਸਾਹਿਬ ਦੀ ਅਤੇ ਮਦਰ ਦੀ ਪਈ ਆ। ਹਾਂ ਤਾਂ ਉਸੇ ਟਾਈਮ ਬਾਹਰੋਂ ਦਰਵਾਜ਼ਾ ਬੰਦ ਸੀ ਜਾਂ ਅੰਦਰੋਂ ਬੰਦ ਸੀ, ਕਿਵੇਂ ਸੀ ਪੁਲਿਸ ਫੋਰਸ ਤਾਇਨਾਤ ਰਹੀ ਹੈ। ਜਾਣਕਾਰੀ ਅਨੁਸਾਰ ਵਿਭਾਗ ਵੱਲੋਂ ਨਜਾਇਜ਼ ਨਿਰਮਾਣ ਕਰਨ ਵਾਲੇ ਲੋਕਾਂ ਨੂੰ ਨੋਟਿਸ ਜਾਰੀ ਕੀਤਾ ਗਿਆ ਸੀ, ਜਿਸ ਤੋਂ ਬਾਅਦ ਇਹ ਕਾਰਵਾਈ ਕੀਤੀ ਗਈ। ਦੱਸਦੀ ਕਿ ਇਸ ਤੋਂ ਪਹਿਲਾਂ ਨਗਰ ਨਿਗਮ ਜਲੰਧਰ ਨੇ ਸਭ ਤੋਂ ਵਿਅਸਤ ਜੋਤੀ ਚੌਂਕ ਅਤੇ ਨਕੋਦਰ ਚੌਂਕ ਸਮੇਤ ਕਈ ਥਾਵਾਂ 'ਤੇ ਨਜਾਇਜ਼ ਕਬਜ਼ਿਆਂ ਨੂੰ ਹਟਾਇਆ ਸੀ। ਮਰਾਸੀ ਭਾਈਚਾਰੇ ਨੇ ਪੰਜਾਬੀ ਦੇ ਪ੍ਰਸਿੱਧ ਗਾਇਕ ਬੱਬੂ ਮਾਨ ਅਤੇ ਉਹਨਾਂ ਦੀਆਂ ਔਰਤਾਂ ਖਿਲਾਫ਼ ਮਾੜੀ ਸ਼ਬਦਾਵਲੀ ਵਰਤ ਕੇ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦਾ ਦੋਸ਼ ਲਗਾ ਕੇ ਕਾਨੂੰਨੀ ਕਾਰਵਾਈ ਲਈ ਥਾਣਾ ਸਿਟੀ ਸ਼੍ਰੀ ਮੁਕਤਸਰ ਸਾਹਿਬ ਦੇ SHO ਨੂੰ ਸ਼ਿਕਾਇਤ ਦਿੱਤੀ ਹੈ ਅਤੇ ਮੀਰ ਆਲਮ ਮਰਾਸੀ ਭਾਈਚਾਰੇ ਨਾਲ ਸੰਬੰਧਿਤ ਰਿੰਪਾ ਖਾਨ, ਕਵੀਸ਼ਰ ਆਲਮਜੀਤ ਅਤੇ ਕੁਝ ਹੋਰ ਆਗੂਆਂ ਨੇ ਸ਼ਾਮਿਲ ਹੋ ਕੇ ਇੱਕ ਮੰਗ ਪੱਤਰ ਸੌਂਪਿਆ, ਜਿਸ ਵਿੱਚ ਲਿਖਤੀ ਸ਼ਿਕਾਇਤ ਵਿੱਚ ਦੱਸਿਆ ਗਿਆ ਕਿ ਉਹ ਮੀਰ ਆਲਮ ਭਾਈਚਾਰੇ ਨਾਲ ਸੰਬੰਧ ਰੱਖਦੇ ਨੇ, ਜਿਸ ਨੂੰ ਸਰਕਾਰ ਨੇ ਪਛੜੀਆਂ ਸ਼੍ਰੇਣੀ ਵਿੱਚ ਰੱਖਿਆ ਹੋਇਆ। ਉਹਨਾਂ ਦੱਸਿਆ ਕਿ ਕੁਝ ਦਿਨ ਤੋਂ ਸੋਸ਼ਲ ਮੀਡੀਆ 'ਤੇ ਪੰਜਾਬੀ ਗਾਇਕ ਤੇਜਿੰਦਰ ਸਿੰਘ ਉਰਫ ਬੱਬੂ ਮਾਨ ਅਤੇ ਉਸਦੇ ਸਾਥੀਆਂ ਦੀ ਇੱਕ ਵੀਡੀਓ ਚੱਲ ਰਹੀ ਹੈ, ਜਿਸ ਵਿੱਚ ਮਰਾਸੀ ਭਾਈਚਾਰੇ ਦਾ ਅਪਮਾਨ ਕੀਤਾ ਗਿਆ। ਭਾਈਚਾਰੇ ਦੇ ਲੋਕਾਂ ਨੇ ਮੰਗ ਕੀਤੀ ਹੈ ਕਿ ਬੱਬੂ ਮਾਨ ਅਤੇ ਉਸਦੇ ਸਾਥੀਆਂ ਖਿਲਾਫ਼ ਕੇਸ ਦਰਜ ਕਰਕੇ ਸਮੁੱਚੀ ਮਰਾਸੀ ਭਾਈਚਾਰੇ ਨੂੰ ਇਨਸਾਫ ਦਿਵਾਇਆ ਜਾਵੇ। ਉੱਧਰ SHO ਤਜਿੰਦਰਪਾਲ ਸਿੰਘ ਨੇ ਇਸ ਮਾਮਲੇ ਦੀ ਜਾਂਚ ਦਾ ਭਰੋਸਾ ਦਿੱਤਾ। ਕਾਫੀ ਦਿਨਾਂ ਤੋਂ ਇੱਕ ਟਿਕਟੋਕ ਤੇ ਬੱਬੂ ਮਾਨ ਜਿਹੜਾ ਗਾਇਕ ਹੈ ਉਹਨਾਂ ਨੇ ਇੱਕ ਵੀਡੀਓ ਵਾਇਰਲ ਕੀਤੀ ਹੈ, ਜਿਹੜੀ ਕਿ ਜਿਹੜੇ ਸਾਡੇ ਮਰਦਾਨਾ ਭਾਈਚਾਰਾ ਮੀਰ ਆਲਮ ਪਰਿਵਾਰ ਹੈ ਉਹਨਾਂ ਦੀਆਂ ਔਰਤਾਂ 'ਤੇ ਬੜੀ ਗੰਦੀ ਸ਼ਬਦਾਵਲੀ ਵਰਤੀ ਹੈ। ਉਸ ਸੰਬੰਧ ਦੇ ਵਿੱਚ ਅਸੀਂ ਸਾਰਾ ਸਮੁੱਚਾ ਪੰਜਾਬ ਅਤੇ ਸਮੁੱਚਾ ਸਾਡਾ ਭਾਈਚਾਰਾ ਮਰਦਾਨਾ ਭਾਈਚਾਰਾ ਉਹਨਾਂ ਨੇ ਅਸੀਂ ਸਾਰਿਆਂ ਨੇ ਆਪਦੇ ਅਲੱਗ ਅਲੱਗ ਜ਼ਿਲ੍ਹਿਆਂ ਦੇ ਵਿੱਚ ਇਹ ਰੋਸ ਵੀ ਕੀਤਾ
ਅਤੇ ਅੱਡ ਅੱਡ ਸਾਰੇ ਮੈਮੋਰੈਂਡਮ ਵੀ ਦਿੱਤੇ ਆ, ਕਿਸੇ SSP ਨੂੰ ਦਿੱਤੇ, SHO ਸਾਹਿਬ ਨੂੰ ਦਿੱਤੇ ਆ। ਇਸੇ ਤਰ੍ਹਾਂ ਅਸੀਂ ਜ਼ਿਲ੍ਹਾ ਮੁਕਤਸਰ ਸਾਹਿਬ ਤੋਂ SHO ਸਾਹਿਬ ਦੇ ਪੇਸ਼ ਹੋ ਕੇ ਉਹ ਜਿਹੜੀ ਬੱਬੂ ਮਾਨ ਦੇ ਬਰਖਿਲਾਫ ਦਰਖਾਸਤ ਦਿੱਤੀ ਆ ਜੀ, ਵੀ ਜੋ ਸਾਡੀਆਂ ਔਰਤਾਂ ਦੇ ਉਹਨਾਂ ਨੇ ਮਜ਼ਾਕ ਉਡਾਏ ਆ, ਬੋਲ ਕੇ ਅਪਸ਼ਬਦ ਜਿਹੜੇ ਬੋਲੇ ਆ, ਉਹਨਾਂ ਦੇ ਉੱਤੇ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇ। ਧਾਰੀਵਾਲ ਪੁਲਿਸ ਵੱਲੋਂ ਜਾਨਲੇਵਾ ਚਾਈਨਾ ਡੋਰ ਬਰਾਮਦ ਕੀਤੀ ਗਈ। ਜਾਣਕਾਰੀ ਦਿੰਦੇ SHO ਮਨਜੀਤ ਸਿੰਘ ਨੇ ਦੱਸਿਆ ਕਿ ਸਾਨੂੰ ਗੁਪਤ ਸੂਚਨਾ ਮਿਲੀ ਸੀ ਕਿ ਚਾਈਨਾ ਡੋਰ ਦੀ ਵਿਕਰੀ ਹੋ ਰਹੀ ਹੈ, ਜਿਸ ਉਪਰੰਤ ਛਾਪੇਮਾਰੀ ਦੌਰਾਨ ਸੰਜੀਵ ਖੋਸਲਾ ਕੋਲੋਂ 12 ਚਾਈਨਾ ਡੋਰ ਦੇ ਗੱਟੂ ਮੌਕੇ 'ਤੇ ਬਰਾਮਦ ਕੀਤੇ ਗਏ ਨੇ, ਜਿਸ ਖਿਲਾਫ਼ ਮੁਕੱਦਮਾ ਦਰਜ ਕਰਕੇ ਅੱਗੇ ਦੀ ਕਾਰਵਾਈ ਆਰੰਭ ਕਰ ਦਿੱਤੀ ਗਈ ਹੈ। ਉਹਨਾਂ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਕੋਈ ਵੀ ਚਾਈਨਾ ਡੋਰ ਨਾ ਵਰਤੇ ਅਤੇ ਜੇਕਰ ਕੋਈ ਦੁਕਾਨਦਾਰ ਚਾਈਨਾ ਡੋਰ ਵੇਚਦਾ ਫੜਿਆ ਗਿਆ ਤਾਂ ਉਸ ਖਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ। ਜਿੱਥੇ ਲੋਕ ਆਪਣੇ ਬੱਚਿਆਂ ਨਾਲ ਜਾਨ ਤੋਂ ਵੀ ਵੱਧ ਪਿਆਰ ਕਰਦੇ ਨੇ ਅਤੇ ਆਪਣੇ ਬੱਚਿਆਂ ਦੀ ਹਰ ਖੁਆਇਸ਼ ਪੂਰੀ ਕਰਦੇ ਨੇ, ਪਰ ਉੱਥੇ ਮੋਗਾ ਦੇ ਨਹਿਰੂ ਪਾਰਕ ਦੇ ਨੇੜੇ ਰਹਿਣ ਵਾਲੇ ਇੱਕ ਸ਼ਰਾਬੀ ਵਿਅਕਤੀ ਵੱਲੋਂ ਆਪਣੇ 9 ਸਾਲ ਦੇ ਮੁੰਡੇ ਨੂੰ ਮੱਚਦੀ ਅੱਗ ਵਿੱਚ ਸੁੱਟਣ ਦਾ ਮਾਮਲਾ ਸਾਹਮਣੇ ਆਇਆ, ਜਿੱਥੇ ਮੌਕੇ 'ਤੇ ਮੁੰਡੇ ਦੀ ਭੈਣ ਵੱਲੋਂ ਆਪਣੇ ਭਰਾ ਨੂੰ ਅੱਗ ਵਿੱਚੋਂ ਕੱਢ ਲਿੱਤਾ ਗਿਆ ਅਤੇ ਮੁੰਡੇ ਨੂੰ ਉਸਦੀ ਮਾਂ ਵੱਲੋਂ ਸਰਕਾਰੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ, ਜਿੱਥੇ ਮੁੰਡੇ ਦੀ ਮਾਂ ਨੇ ਪੁਲਿਸ ਤੋਂ ਆਪਣੇ ਪਤੀ ਨੂੰ ਸਜ਼ਾ ਦੇਣ ਦੀ ਗੱਲ ਆਖੀ। ਤੁਹਾਡੇ ਦੱਸਣ 'ਤੇ ਮੈਨੂੰ ਪਤਾ ਲੱਗਾ ਵੀ ਇਹ ਕੋਈ ਘਟਨਾ ਹੋਈ ਆ, ਪਰ ਇਸ ਤਰ੍ਹਾਂ ਦਾ ਮਸਲਾ ਕੋਈ ਵੀ ਹੋਸਪਿਟਲ ਵੱਲੋਂ ਜੇ ਇਨਫੋਰਮੇਸ਼ਨ ਥਾਣੇ ਨੂੰ ਨਹੀਂ ਭੇਜੀ, ਮੈਂ ਥਾਣੇ ਪਤਾ ਕਰਾਇਆ ਸੀ, ਜੇ ਉਹਦੇ ਨੂੰ ਸਾਡੇ ਕੋਲ ਕੋਈ ਸਲਾਹ ਹੁੰਦੀ ਆ ਅਸੀਂ ਉਹਦੇ ਜਿਹੜਾ ਵੀ ਕੋਈ ਉਹਦੀ ਮਦਰ ਦਾ ਬਿਆਨ ਲਿਖ ਕੇ ਉਹਦੇ ਘਰਾਂ ਦੇ ਖਿਲਾਫ਼ ਕਾਰਵਾਈ ਕਰਾਂਗੇ ਜੇ ਕੋਈ ਇਸ ਤਰ੍ਹਾਂ ਉਹਨਾਂ ਦੀ ਘਟਨਾ ਹੋਈ ਹੈ। ਡੈਡੀ ਨਾਲ ਦਾਰੂ ਪੀ ਕੇ ਆਇਆ ਸੀ, ਕੱਲ੍ਹ ਦੀ ਉਮਰ ਸੀ, ਅੱਜ ਦੀ ਉਮਰ ਨਾਲ ਚੱਕੇ ਨਾਲ ਅੱਗ 'ਤੇ ਸੁੱਟ ਦਿੱਤਾ। ਮੇਰਾ ਘਰਵਾਲਾ ਜੀ, ਮੇਰੀ 20 ਸਾਲ ਹੋ ਗਏ ਸ਼ਾਦੀ ਨੂੰ, ਸ਼ੁਰੂ ਤੋਂ ਹੀ ਦਾਰੂ ਪੀਂਦਾ ਆਉਂਦਾ ਜੀ, ਅਤੇ ਹੁਣ ਅੱਜ ਹੱਦ ਕਰਦੀ ਇਹਨੇ ਚੱਕ ਕੇ ਜਵਾਕ ਨੂੰ ਅੱਗ ਦੇ ਵਿੱਚ ਸਾੜਨ ਦੀ ਕੋਸ਼ਿਸ਼ ਕੀਤੀ ਆ, ਇਹ ਮੈਂ ਬਰਦਾਸ਼ਤ ਨਹੀਂ ਕਰ ਸਕਦੀ। ਮੈਂ ਮਾਂ ਹੂੰ, ਮੈਂ ਬਰਦਾਸ਼ਤ ਕਰ ਸਕਦੀ ਹਾਂ, ਮੇਰੇ ਉੱਤੇ ਕੋਈ ਵੀ ਜ਼ੁਲਮ ਕਰੇ ਮੈਂ ਜਵਾਕਾਂ ਦੇ ਉੱਤੇ ਨਹੀਂ ਹੱਥ ਚੱਕਣ ਦਿੰਦੀ। ਜੰਗਲ ਨਾਲ ਲੱਗਦੇ NFL ਏਰੀਆ ਨਵਾਂ ਜੰਗਲ ਵਿੱਚ ਉਸ ਵੇਲੇ ਦਹਿਸ਼ਤ ਦਾ ਮਾਹੌਲ ਪੈਦਾ ਹੋ ਗਿਆ ਜਦੋਂ ਲੋਕਾਂ ਨੇ ਆਪਣੇ ਇਲਾਕੇ ਵਿੱਚ ਇੱਕ ਲੰਬਾ ਚੌੜਾ ਪਾਇਥਨ ਸਭ ਰਿਹਾਇਸ਼ੀ ਇਲਾਕੇ ਵਿੱਚ ਵੇਖੇ, ਜਿਸ ਉਪਰੰਤ ਉਹਨਾਂ ਨੇ ਵੀਡੀਓ ਬਣਾ ਕੇ ਸੋਸ਼ਲ ਮੀਡੀਆ 'ਤੇ ਵਾਇਰਲ ਕਰ ਦਿੱਤੀ, ਜਿਸ ਕਾਰਨ ਹੋਰ ਲੋਕ ਵੀ ਦਹਿਸ਼ਤ ਵਿੱਚ ਆ ਗਏ, ਜਿਸ 'ਤੇ ਜੰਗਲਾਤ ਵਿਭਾਗ ਦੇ ਅੰਮ੍ਰਿਤਪਾਲ ਸਿੰਘ ਨੇ ਮੌਕੇ 'ਤੇ ਪਹੁੰਚ ਕੇ ਕਾਰਵਾਈ ਕਰਦਿਆਂ ਇਸ ਭਾਰੀ ਵਜਨੀ ਲੰਬੇ ਪਾਇਥਨ ਸੱਪ ਨੂੰ ਫੜ ਕੇ ਦੂਰ ਜੰਗਲ ਵਿੱਚ ਛੱਡਿਆ, ਜਿਸ ਤੋਂ ਬਾਅਦ ਲੋਕਾਂ ਨੇ ਰਾਹਤ ਦੀ ਸਾਹ ਲਈ। ਸੋ ਜਨਾ ਸਿਮੰਦੋ ਆ ਗਿਆ ਦੇਸ਼ ਦੁਨੀਆ ਦੀ ਹੋਰ ਖਬਰਾਂ ਵੇਖਣ ਲਈ, ਤੁਸੀਂ ਵੀ ਛੱਡੀ ਗਲਾ ਟਾਈਮ TV। ਧੰਨਵਾਦ।